ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੀ ਸੰਗਤ ਦੇ ਨਾਲ ਰਾਹ 'ਚ ਵੱਡਾ ਹਾਦਸਾ ਵਾਪਰਿਆ। ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ PRTC ਬੱਸ ਨੇ ਟਰਾਲੀ ਨੂੰ ਪਿੱਛੋਂ ਆ ਕੇ ਟੱਕਰ ਮਾਰੀ ਹੈ, ਜਿਸ ਨਾਲ ਕਿ ਵੱਡਾ ਹਾਦਸਾ ਵਾਪਰਿਆ। ਇਹ ਸੰਗਤ ਬਾਬਾ ਬੁੱਢਾ ਸਾਹਿਬ ਦੇ ਲਈ ਦਰਸ਼ਨਾਂ ਦੇ ਲਈ ਜਾ ਰਹੀ ਸੀ ਅਤੇ ਰਾਹ ਦੇ ਵਿਚਾਲੇ ਹੀ ਇੱਕ ਪਿੱਛੋਂ ਤੇਜ਼ ਰਫ਼ਤਾਰ 'ਚ PRTC ਬੱਸ ਆਉਂਦੀ ਹੈ, ਜੋ ਕਿ ਸਿੱਧਾ ਟਰਾਲੀ ਦੇ ਵਿੱਚ ਆ ਵੱਜਦੀ ਹੈ। ਅਤੇ ਇਹ ਜੋ ਸੰਗਤ ਹੈ ਇਹ ਟਰਾਲੀ ਦੇ ਵਿੱਚ ਬੈਠੀ ਹੋਈ ਸੀ, ਜਿਸ ਦੇ ਵਿੱਚ ਬਜ਼ੁਰਗ, ਬੱਚੇ, ਹਰ ਕੋਈ ਸਵਾਰ ਸੀ। ਅਤੇ ਜੋ ਸੰਗਤ ਹੈ ਉਹਨਾਂ ਦਾ ਡਰਾਈਵਰ 'ਤੇ ਇਲਜ਼ਾਮ ਹੈ ਕਿ ਉਹ ਸ਼ਰਾਬ ਪੀ ਕੇ ਬੱਸ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਤੇਜ਼ ਰਫ਼ਤਾਰ PRTC ਦੀ ਬੱਸ ਟਰਾਲੀ ਦੇ ਵਿੱਚ ਆ ਵੱਜਦੀ ਹੈ ਔਰ ਟਰਾਲੀ ਦੇ ਵਿੱਚ ਸੰਗਤ ਜੋ ਹੈ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੀ ਸੀ ਅਤੇ ਰਾਹ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਤਸਵੀਰਾਂ ਜੋ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬੱਸ ਦਾ ਅਗਲਾ ਹਿੱਸਾ ਉਹ ਨੁਕਸਾਨਿਆ ਗਿਆ, ਔਰ ਦੱਸਿਆ ਜਾ ਰਿਹਾ ਕਿ ਬੱਸ ਦੀ ਰਫ਼ਤਾਰ ਆਮ ਦਿਨਾਂ ਨਾਲੋਂ ਕਾਫ਼ੀ ਜ਼ਿਆਦਾ ਤੇਜ਼ ਸੀ ਅਤੇ ਡਰਾਈਵਰ 'ਤੇ ਵੀ ਇਹ ਇਲਜ਼ਾਮ ਲੱਗੇ ਨੇ ਕਿ ਉਹ ਸ਼ਰਾਬ ਪੀ ਕੇ ਜੋ ਹੈ ਬੱਸ ਚਲਾ ਰਿਹਾ ਸੀ, ਜਿਸ ਤੋਂ ਬਾਅਦ ਜੋ ਬੱਸ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ। ਬਚਾਅ ਇਸ 'ਚ ਇਹ ਰਿਹਾ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਪਰ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ 'ਚ PRTC ਦੀ ਬੱਸ ਜੋ ਹੈ ਸਿੱਧਾ ਆ ਕੇ ਟਰਾਲੀ ਦੇ ਵਿੱਚ ਵੱਜਦੀ ਹੈ। ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੀ ਸੰਗਤ ਦੀ ਟਰਾਲੀ ਦੇ ਵਿੱਚ ਪਿੱਛੋਂ ਤੇਜ਼ ਰਫ਼ਤਾਰ 'ਚ ਆ ਰਹੀ PRTC ਬੱਸ ਦੀ ਟੱਕਰ ਹੋਈ ਹੈ। ਮੇਰਾ ਨਾਮ ਕੁਲਵੀਰ ਸਿੰਘ ਹੈ ਜੀ। ਕਿਹੜੇ ਪਿੰਡ ਪਾਏ ਸੀ, ਕਿੱਥੇ ਚਲੇ? ਪਿੰਡ ਰੱਤਾ ਖੜਾ ਹੈ ਜੀ, ਮਲੋੜ ਦੇ ਕੋਲੋਂ। ਅਸੀਂ ਵੀਰ ਬਾਬਾ ਬੁੱਢਾ ਸਾਹਿਬ ਦਰਸ਼ਨਾਂ ਲਈ ਜਾ ਰਹੇ ਸੀਗੇ ਅਤੇ ਅਸੀਂ ਆ ਰਹੇ ਸੀ ਪਿੱਛੋਂ, PRTC ਵਾਲੇ ਨੇ ਡਰਾਈਵਰ ਨੇ ਲਾ ਕੇ ਪਿੱਛੇ ਵਿੱਚ ਮਾਰੀ ਬੱਸ, ਦਾਰੂ ਨਾਲੋਂ ਫੁੱਲ ਭਰਜਿਆ ਹੋਇਆ ਸੀਗਾ ਜੀ। ਠੀਕ ਹੈ ਜੀ, ਅਤੇ ਹੁਣ ਉਹਨੂੰ ਭੱਜ ਕੇ ਅਤੇ ਸਕੂਲ ਦੇ ਵਿੱਚ ਵੜ ਗਿਆ ਜੀ। ਉਹ ਨੁਕਸਾਨ ਤੋਂ ਬਚਾ ਰਿਹਾ? ਨੁਕਸਾਨ ਤੋਂ ਬਚਾ ਰਿਹਾ ਜੀ, ਹਾਂਜੀ, ਨੁਕਸਾਨ ਜ਼ਿਆਦਾ ਨਹੀਂ ਹੋਇਆ ਗਾ। ਨੁਕਸਾਨ ਮਤਲਬ ਬਚਤ ਰਹੇਗੀ ਰੋਟੀ? ਹਾਂਜੀ, ਬਚਤ ਰਹੇਗੀ ਜੀ। ਹਾਂਜੀ, ਸ਼ੀਤਲ ਸਿੰਘ। ਕਿੱਥੋਂ ਆਏ ਹੋ? ਰਸਤੇ ਖੇਡੇ। ਕੀ ਗੱਲ ਹੋ ਗਈ ਇੱਥੇ? ਇੱਥੇ ਉਹ ਬੱਸ ਮਗਰੋਂ ਲਿਆ ਕੇ ਅਤੇ ਅਸੀਂ ਤਾਂ ਐਂ ਹੱਥ ਪਾਏ, ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਆੜੀ ਗਈ, ਖਿੱਚ ਕੇ ਲਈ ਆਈ ਟਰੈਕਟਰ ਨੂੰ, ਅਤੇ ਅਸੀਂ ਤਾਂ ਉਦੋਂ ਜਾਨ ਸਾਡੀ ਮੁੱਠੀ 'ਚ ਹੋ ਗਈ ਵੀ ਇਹ ਕੀ ਬਣ ਗਿਆ। ਬੱਚੇ ਬਜ਼ੁਰਗ ਬੱਚੇ ਵੀ ਨਾਲ ਹੀ ਆ ਸਾਰੇ? ਸਾਰਾ ਬੱਚੇ ਬੁੱਚੇ ਬੱਚਤ ਰਹੇਗੀ? ਹਾਂ, ਅੱਛੀ ਬਣ ਗਏ ਇੰਨਾ ਹੀ ਭੱਜ ਕੇ ਫਿਰ ਉਹ ਨਿਕਲਣ ਲੱਗ ਪਏ ਵੀ ਇਹ ਕੀ ਬਣ ਗਿਆ। ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੀ ਸੰਗਤ ਦੇ ਨਾਲ ਰਾਹ 'ਚ ਵੱਡਾ ਹਾਦਸਾ ਵਾਪਰਿਆ। ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ PRTC ਬੱਸ ਨੇ ਟਰਾਲੀ ਨੂੰ ਪਿੱਛੋਂ ਆ ਕੇ ਟੱਕਰ ਮਾਰੀ ਹੈ, ਜਿਸ ਨਾਲ ਕਿ ਵੱਡਾ ਹਾਦਸਾ ਵਾਪਰਿਆ। ਇਹ ਸੰਗਤ ਬਾਬਾ ਬੁੱਢਾ ਸਾਹਿਬ ਦੇ ਲਈ ਦਰਸ਼ਨਾਂ ਦੇ ਲਈ ਜਾ ਰਹੀ ਸੀ ਅਤੇ ਰਾਹ ਦੇ ਵਿਚਾਲੇ ਹੀ ਇੱਕ ਪਿੱਛੋਂ ਤੇਜ਼ ਰਫ਼ਤਾਰ 'ਚ PRTC ਬੱਸ ਆਉਂਦੀ ਹੈ, ਜੋ ਕਿ ਸਿੱਧਾ ਟਰਾਲੀ ਦੇ ਵਿੱਚ ਆ ਵੱਜਦੀ ਹੈ। ਅਤੇ ਇਹ ਜੋ ਸੰਗਤ ਹੈ ਇਹ ਟਰਾਲੀ ਦੇ ਵਿੱਚ ਬੈਠੀ ਹੋਈ ਸੀ, ਜਿਸ ਦੇ ਵਿੱਚ ਬਜ਼ੁਰਗ, ਬੱਚੇ, ਹਰ ਕੋਈ ਸਵਾਰ ਸੀ। ਅਤੇ ਜੋ ਸੰਗਤ ਹੈ ਉਹਨਾਂ ਦਾ ਡਰਾਈਵਰ 'ਤੇ ਇਲਜ਼ਾਮ ਹੈ ਕਿ ਉਹ ਸ਼ਰਾਬ ਪੀ ਕੇ ਬੱਸ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਤੇਜ਼ ਰਫ਼ਤਾਰ PRTC ਦੀ ਬੱਸ ਟਰਾਲੀ ਦੇ ਵਿੱਚ ਆ ਵੱਜਦੀ ਹੈ ਔਰ ਟਰਾਲੀ ਦੇ ਵਿੱਚ ਸੰਗਤ ਜੋ ਹੈ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੀ ਸੀ ਅਤੇ ਰਾਹ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਤਸਵੀਰਾਂ ਜੋ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬੱਸ ਦਾ ਅਗਲਾ ਹਿੱਸਾ ਉਹ ਨੁਕਸਾਨਿਆ ਗਿਆ, ਔਰ ਦੱਸਿਆ ਜਾ ਰਿਹਾ ਕਿ ਬੱਸ ਦੀ ਰਫ਼ਤਾਰ ਆਮ ਦਿਨਾਂ ਨਾਲੋਂ ਕਾਫ਼ੀ ਜ਼ਿਆਦਾ ਤੇਜ਼ ਸੀ ਅਤੇ ਡਰਾਈਵਰ 'ਤੇ ਵੀ ਇਹ ਇਲਜ਼ਾਮ ਲੱਗੇ ਨੇ ਕਿ ਉਹ ਸ਼ਰਾਬ ਪੀ ਕੇ ਜੋ ਹੈ ਬੱਸ ਚਲਾ ਰਿਹਾ ਸੀ, ਜਿਸ ਤੋਂ ਬਾਅਦ ਜੋ ਬੱਸ ਦੀ ਟਰਾਲੀ ਦੇ ਨਾਲ
ਟੱਕਰ ਹੋਈ ਹੈ। ਬਚਾਅ ਇਸ 'ਚ ਇਹ ਰਿਹਾ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਪਰ ਵੱਡਾ ਹਾਦਸਾ ਵਾਪਰ ਸਕਦਾ ਸੀ। ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ 'ਚ PRTC ਦੀ ਬੱਸ ਜੋ ਹੈ ਸਿੱਧਾ ਆ ਕੇ ਟਰਾਲੀ ਦੇ ਵਿੱਚ ਵੱਜਦੀ ਹੈ। ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੀ ਸੰਗਤ ਦੀ ਟਰਾਲੀ ਦੇ ਵਿੱਚ ਪਿੱਛੋਂ ਤੇਜ਼ ਰਫ਼ਤਾਰ 'ਚ ਆ ਰਹੀ PRTC ਬੱਸ ਦੀ ਟੱਕਰ ਹੋਈ ਹੈ। ਮੇਰਾ ਨਾਮ ਕੁਲਬੀਰ ਸਿੰਘ ਹੈ ਜੀ। ਕਿਹੜੇ ਪਿੰਡ ਪਾਏ ਸੀ, ਕਿੱਥੇ ਚਲੇ? ਪਿੰਡ ਰੱਤਾ ਖੜਾ ਹੈ ਜੀ, ਮਲੋੜ ਦੇ ਕੋਲੋਂ। ਅਸੀਂ ਵੀਰ ਬਾਬਾ ਬੁੱਢਾ ਸਾਹਿਬ ਦਰਸ਼ਨਾਂ ਲਈ ਜਾ ਰਹੇ ਸੀਗੇ ਅਤੇ ਅਸੀਂ ਆ ਰਹੇ ਸੀ ਪਿੱਛੋਂ, PRTC ਵਾਲੇ ਨੇ ਡਰਾਈਵਰ ਨੇ ਲਾ ਕੇ ਪਿੱਛੇ ਵਿੱਚ ਮਾਰੀ ਬੱਸ, ਦਾਰੂ ਨਾਲ ਉਹ ਫੁੱਲ ਭਰਜਿਆ ਹੋਇਆ ਸੀਗਾ ਜੀ, ਠੀਕ ਹੈ ਜੀ। ਅਤੇ ਹੁਣ ਉਹਨੂੰ ਭੱਜ ਕੇ ਅਤੇ ਸਕੂਲ ਦੇ ਵਿੱਚ ਵੜ ਗਿਆ ਜੀ। ਉਹ ਨੁਕਸਾਨ ਤੋਂ ਬਚਾ ਰਿਹਾ? ਨੁਕਸਾਨ ਤੋਂ ਬਚਾ ਰਿਹਾ ਜੀ, ਹਾਂਜੀ, ਨੁਕਸਾਨ ਜ਼ਿਆਦਾ ਨਹੀਂ ਹੋਇਆ ਹੈਗਾ। ਨੁਕਸਾਨ ਮੰਨੋ ਬਚਤ ਰਹੇਗੀ ਰੋਟੀ? ਹਾਂਜੀ, ਬਚਤ ਰਹੇਗੀ ਜੀ। ਸ਼ੀਤਲ ਸਿੰਘ। ਕਿੱਥੋਂ ਆਏ ਹੋ? ਰਸਤੇ ਖੇਡੇ। ਕੀ ਗੱਲ ਹੋ ਗਈ ਇੱਥੇ? ਇੱਥੇ ਉਹ ਬੱਸ ਮਗਰੋਂ ਲਿਆ ਕੇ ਅਤੇ ਅਸੀਂ ਤਾਂ ਐਂ ਹੱਥ ਪਾਏ, ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਆੜੀ ਗਈ, ਖਿੱਚ ਕੇ ਲਈ ਆਈ ਟਰੈਕਟਰ, ਅਤੇ ਅਸੀਂ ਤਾਂ ਉਦੋਂ ਜਾਨ ਸਾਡੀ ਮੁੱਠੀ 'ਚ ਹੋ ਗਈ ਵੀ ਇਹ ਕੀ ਬਣ ਗਿਆ। ਬੱਚੇ ਬਜ਼ੁਰਗ ਬੱਚੇ ਵੀ ਨਾਲ ਹੀ ਆ ਸਾਰੇ? ਸਾਰਾ ਬੱਚੇ ਬੁੱਚੇ ਬੱਚਤ ਰਹੇਗੀ? ਹਾਂ, ਅੱਛੀ ਬਣ ਗਏ ਹਾਂ ਬੱਚੋ ਟਰੈਕਟਰ, ਇੰਨਾ ਹੀ ਭੱਜ ਕੇ ਫਿਰ ਉਹ ਨਿਕਲਣ ਲੱਗ ਪਏ ਵੀ ਇਹ ਕੀ ਬਣ ਗਿਆ।